शॉपिंग आ कौना मेरी बेटी अच्छी अच्छी हाँ जी क्या हो गया जी अल्हम्दुलिल्लाह इन्हीं ने क्यों मर चुकी हो बस बस कर दिया घर वालों ने मुझे भी पसंद था तो मैंने कर लिया इन्हीं जिम्मेदारियां एकदम जो सिर पे पइयां बस या बहने दोनों कह रहे हैं ओ नाना भी गिडियां निकिया निकिया बंदा भी निक्का वा हां जी वो कितने साल का था 19 मेरी बेटी सच्ची मुची कोई याद करन गया सच्ची मुची हां जी ब्याह हो गया जी अल्हम्दुलिल्लाह कितने साल हो गए अभी अगस्त में एक साल होगा एक साल इन्हीं ने क्यों मर चुकी हो बस मुझे लग रहा है की उम्र नहीं एज तो मेरी 17 है ते इन्नी छोटी उम्र च क्यों ब्याह कराया बस कर दिया घर वालों ने मुझे भी पसंद था तो मैंने कर लिया इन्नीया जिम्मेदारियां एकदम जो सिर पे पइयां फिर की होया जिम्मेदारियां तो कोई भी नहीं अभी माशाल्लाह से अपनी लाइफ अच्छी तो सब तो बड़ी जिम्मेदारी न्याणे दी हुंदी फील होती दिन रात जागना पैंदा मावां नूं ये तो है जागती हूँ ते फिर बाद चिमटे वर्गा मुंह होता मावां दा जाग जाग के मेरा देख लो एंजी आ जागना पैंदा ड्यूटी देनी पैंदी आ हां जी नाम आ बेटी दा हयात हयात अच्छा अरे पापा नहीं आए इनके पापा आने वाले आने वाले नाल कौन कौन आया मेरी नंदे या बहने दोनों कह रहे हैं ओ नाना भी गिडियां निकिया निकिया बंदा भी निक्का वा हां जी कितने साल का 19 ਹੇ ਹਾਂ ਨਿੱਕੀ ਨਿੱਕੀ ਫੈਮਲੀ ਆ ਤੇ ਪੜਾਈ ਪੜੀ ਹੋ ਗਈ ਸੀ ਜੀ ਮਾਸ਼ਾਅੱਲਾ ਕਰ ਰਹੀ ਹੂੰ ਨਾਲ ਨਾਲ ਪੜ ਵੀ ਰਹੇ ਆ ਅਰੇ ਵਾਹ ਮੈਨੇ ਇਹ ਜੀ ਕੁੜੀਆਂ ਬਹੁਤ ਵਧੀਆ ਲੱਗਦੀਆਂ ਵਿਆਹ ਵੀ ਹੋ ਜਾਏ ਅਗਰ ਉਹਨਾਂ ਨੂੰ ਪੜਨ ਦਾ ਚਾਅ ਆ ਪੜਾਈ ਪੂਰੀ ਕਰਦੀਆਂ ਕਰਦੀਆਂ ਅੱਛਾ ਮੇਰਾ ਇੱਕ ਸਵਾਲ ਦੇ ਨਾਲ ਜਵਾਬ ਤੁਸੀਂ ਦੱਸਣਾ ਵਾ ਕਿ ਆਪਣਾ ਨੈਸ਼ਨਲ ਫਰੂਟ ਕੀਰਾ ਵਾ ਪਾਕਿਸਤਾਨ ਦਾ ਬਿਰਿਆਨੀ ਯਾਰ ਫਰੂਟ ਪੁੱਛਿਆ ਫਰੂਟ ਕੀਰਾ ਬਿਰਿਆਨੀ ਹੁੰਦੀ ਆ ਫਰੂਟ ਪੁੱਛਿਆ ਆਪਨੇ मुझे लगा कह रही फूड नहीं फ्रूट फ्रूट मेरे हिसाब से तो सीजन्स के हिसाब से होता है ਉਹਦੇ ਸਾਹਮਣੇ ਹੁੰਦਾ ਨਹੀਂ ਇੱਕੋ ਹੀ ਹੁੰਦਾ ਨੈਸ਼ਨਲ ਫਰੂਟ ਜਿਹੜਾ ਨਾ ਮੈਨੂੰ ਨਹੀਂ ਪਤਾ ਨਹੀਂ ਪਤਾ ਅੱਛਾ ਹਿੰਟ ਦਵਾਂ ਜੀ ਇਸ ਸੀਜ਼ਨ 'ਚ ਵੀ ਹੈਗਾ ਵਾ ਮੈਂਗੋ ਦੱਸੀ ਨਾ ਕਿਸੇ ਨੂੰ ਅੱਛਾ ਹੋਰ ਅੱਛਾ ਕੋਈ ਸ਼ੇਰ ਹੀ ਆ ਗਾਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅੱਛਾ ਇੱਕ ਸਾਲ ਹੋ ਗਿਆ ਸਾਸੂ ਮਾਂ ਠੀਕ ਨੇ ਮਾਸ਼ਾਅੱਲਾ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਨਾਨਾ ਲੜਦੀਆਂ ਤੇਣੀ ਨਾਨਾ ਨਹੀਂ ਬਹਿਨੇ ਹੈ ਭੈਣਾਂ ਲੜਦੀਆਂ ਤੇਣੀ ਬਹਿਨ ਬਣਾਇਆ ਵਾ ਇਸ ਲਈ ਤਾਂ ਕਹਿ ਰਹੀ ਹਾਂ ਬਹਿਨੇ ਹੈ ਭੈਣਾਂ ਬਹੁਤਾ ਲੜਦੀਆਂ ਅਸੀਂ ਤੇ ਭੈਣਾਂ ਝਾਟੇ ਫੜ ਲੈਂਦੀਆਂ ਇੱਕ ਦੂਜੇ ਦੇ ਹੈ ਭੈਣਾਂ ਹੀ ਤਾਂ ਲੜਦੀਆਂ ਵਾ ਨਹੀਂ ਐਸਾ ਕੁਛ ਵੀ ਨਹੀਂ ਹੈ ਇਸ ਤਰ੍ਹਾਂ ਦਾ ਕੁਛ ਨਹੀਂ ਚੰਗੀ ਗੱਲ ਹੈ ਜੀ ਬਹੁਤ ਸ਼ੁਕਰੀਆ ਵਧੀਆ ਹੋ ਗਿਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਸਿੱਧਾ ਦੇਖਣਾ ਜੀ ਕੈਮਰੇ ਵੱਲ ਕੀ ਕਰਨ ਆਏ ਮੌਲ ਫਿਰਨੇ ਔਰ ਸ਼ਾਪਿੰਗ ਕਰਨੇ ਨਾਲ ਕੌਣ ਕੌਣ ਆਇਆ ਮੇਰੀ ਖਾਲਾ ਮੇਰੀ ਮੰਮਾ ਮੇਰੀ ਕਜ਼ਨਸ ਕਿੰਨਾ ਕੁ ਫਿਰ ਲੈਂਦੇ ਇੱਕ ਦਿਨ 'ਚ ਜ਼ਿਆਦਾ ਹੀ ਫਿਰ ਲੈਂਦੇ ਹਾਂ ਜਿੰਨੀ ਕੰਪੈਸਟਰੀ ਹੋ ਉਤਨਾ ਹੀ ਫਿਰਦੇ ਹਾਂ ਮੇਰੀ ਤੁਹਾਡਾ ਨਾਮ ਹੋਣਾ ਚਾਹੀਦਾ ਸੀ ਪਿੰਨੋ ਪੰਬੀਰੀ ਨੋ ਜੀ ਅਲਹਮਦੁਲਿਲਾ ਮੇਰਾ ਨਾਮ ਬਹੁਤ ਅੱਛਾ ਫਾਤਮਾ ਘੁੰਮਦੀ ਹੈ ਨਾ ਪੰਬੀਰੀ ਵਾਂਗੂ ਅੱਛਾ ਕਰਦੇ ਕੀ ਹੋ ਮੈਂ ਸਟੱਡੀ ਕੀ ਬਣਨਾ ਚਾਹੁੰਦੇ ਹੋ ਡਾਕਟਰ ਕੀਰੀ ਵਾਲੀ ਹਾਰਟ ਦੀ ਹੀ ਡਾਕਟਰ ਕਿਉਂ ਬਣਨਾ ਚਾਹੁੰਦੇ ਹੋ ਕਿਉਂਕਿ ਮੈਨੂੰ ਸ਼ੌਕ ਹੈ ਪਹਿਲੇ ਦਿਲ ਤੋੜਨੇ ਫਿਰ ਜੋੜਨੇ ਹਾਂਜੀ ਐਸਾ ਹੀ ਚੰਗਾ ਸ਼ੌਕ ਆ ਚਲੋ ਮੇਰਾ ਇੱਕ ਸਵਾਲ ਦੇਣਾ ਜਵਾਬ ਨੈਸ਼ਨਲ ਫਰੂਟ ਕੀਰਾ ਵਾ ਪਾਕਿਸਤਾਨ ਦਾ ਨੈਸ਼ਨਲ ਫਰੂਟ ਇਤੇ ਜਨਰਲ ਨੋਲੇਜ ਨਹੀਂ ਡਾਕਟਰ ਕਹਿੰਦੇ ਬਣਨਾ ਵਾ ਹੈ ਫਰੂਟ ਦਾ ਤੇ ਪਤਾ ਹੋਣਾ ਚਾਹੀਦਾ ਵਾ ਨਹੀਂ ਇਤਨੀ ਤਾਂ ਜਨਰਲ ਨੋਲੇਜ ਨਹੀਂ ਡਾਕਟਰਾਂ ਨੂੰ ਤੇ ਹਰ ਸ਼ਾਇਦ ਦਾ ਪਤਾ ਹੁੰਦਾ ਅਭੀ ਕਰੀ ਹੁਣ ਸਟੱਡੀ ਆਸਤਾ ਹਿੰਟ ਦਵਾ ਹਿੰਟ ਹਾਂਜੀ ਦੇ ਇਸ ਮੌਸਮ 'ਚ ਜੋ ਫਲ ਹੈਗਾ ਮੈਂਗੋ ਸੀਨਾ ਕਿਸੇ ਨੂੰ ਕੇ ਜਾ ਓਕੇ ਜੀ ਆ ਜਿਹੜੀ ਇੰਨੀਆਂ ਬੜੀਆਂ ਖਲੋਤੀਆਂ ਇਹਨਾਂ ਨੂੰ ਨਾ ਦੱਸ ਮੈਂ ਹਾਰ ਗਈ ਸੀ ਮੈਨੂੰ ਪਤਾ ਹੀ ਨਹੀਂ ਨਹੀਂ ਜੀ ਸਭ ਦੇ ਸਾਹਮਣੇ ਮੈਨੇ ਕਹਿ ਦਿਆ ਮੈਂਗੋ ਹੀ ਉਹਨਾਂ ਨੂੰ ਨਾ ਦੱਸ ਅੱਛਾ ਕੋਈ ਗਾਣਾ ਜਾਂ ਸ਼ੇਰ ਨਹੀਂ ਮੈਨੂੰ ਕੁਝ ਨਹੀਂ ਆਉਂਦਾ ਸ਼ੇਰ ਨਹੀਂ ਆਉਂਦਾ ਇਹਨੇ ਕਦੇ ਦਿਲਚਸਪੀ ਰੱਖੀ ਹੀ ਨਹੀਂ ਹੈ ਇਹ ਡਾਕਟਰ ਬਣ ਸਕਦੀ ਹੈ ਕਿ ਇਹਨੂੰ ਸ਼ੇਰੋ ਸ਼ਾਇਰੀ 'ਚ ਦਿਲਚਸਪੀ ਨਹੀਂ ਹੈ ਅੱਛਾ ਕਿੰਨੇ ਭੈਣ ਭਰਾ ਮੈਂ ਹਮ ਤੀਨ ਬਹਿਨੇ ਆ ਔਰ ਮਾਮਾ ਬਾਬਾ ਭਾਈ ਨਹੀਂ ਆ ਭਾਈ ਨਹੀਂ ਆ ਲੜਾਕੀ ਕੌਣ ਆ ਤਿੰਨਾਂ ਚੋਂ ਹਾਂਜੀ ਇਹ ਮੇਰੀ ਸਭ ਤੋਂ ਬੜੀ ਭੈਣ ਇਹ ਲੜਾਕੀ ਉਹ ਜ਼ਿਆਦਾ ਲੜਾਕੀ ਨੇ ਅੱਛਾ ਕੁੱਟ ਕਿਨੂੰ ਪੈਂਦੀ ਅੰਮੀ ਅੱਬੂ ਕੋ ਸਭ ਕੋ ਤੀਨੋਂ ਕੋਈ
ਨਾ ਘੋਟ ਰਹੇ ਆ ਛਿਤਰਾ ਨਾ ਸੁਣੇ ਆਣਾ ਅਭੀ ਅਭੀ ਮਾਰ ਖਾ ਕੇ ਆਏ ਆ ਇਹਦੇ ਨਾਲ ਘੋਟ ਰਹੇ ਆ ਨਾ ਮਾਮਾ ਵੈਸੇ ਹੀ ਸੁਣੇ ਆਣਾ ਨਹੀਂ ਡਾਂਟ ਸਹੀ ਕੰਮ ਡਾਂਟ ਨਾ ਕਿਦੀ ਮਾਰ ਹੁੰਦੀ ਆ ਡਾਂਟ ਇਤਨਾ ਡਾਂਟ ਦਿੱਤੀ ਆ ਕੁਸੁਨੇ ਪੈਣਾ ਬੰਦ ਹੋ ਗਏ ਹੁਣ ਬਚਪਨ ਚ ਪਏ ਹੋਣੇ ਆ ਹਾਂ ਬਚਪਨ ਦੇ ਤਾਂ ਬੜੇ ਚਲ ਕੋਈ ਗੱਲ ਨਹੀਂ ਚਲੋ ਬਹੁਤ ਸ਼ੁਕਰੀਆ ਜੀ ਉਦਿਆ ਹੋ ਗਿਆ ਅਸਲਾਮ ਅਲੈਕੁਮ ਵਾਲਿਕੁਮ ਅਸਲਾਮ ਇੰਨੀ ਸੋਹਣੀ ਕੁੜੀ ਆ ਹੈ ਮੇਰਾ ਕੈਮਰਾਮੈਨ ਕੀ ਕਹਿੰਦਾ ਕਹਿੰਦੇ ਛੱਡਾ ਐਡੀ ਮਾਸੂਮ ਜਈ ਆ ਇਹਨੂੰ ਮੈਂ ਛੱਡ ਦਈਆਂ ਜ਼ਰਾ ਇੱਕ ਖੱਬੇ ਹੱਥ ਦੀ ਕੀ ਕਰਨ ਆਏ ਤੁਸੀਂ ਸ਼ਾਪਿੰਗ ਕੀ ਖਰੀਦਿਆ ਬੱਚੇ ਕੀ ਸ਼ਾਪਿੰਗ ਕੀ ਹੈ ਨਿਊ ਬੋਰਨ ਬੇਬੀ ਕੀ ਕਿਹੜਾ ਬੱਚਾ ਸੀ ਭਾਈ ਕਾ ਬੇਟਾ ਭਾਈ ਦਾ ਬੇਟਾ ਤੁਸੀਂ ਕੀ ਕਰਦੇ ਹੋ ਪੜ੍ਹਦੀ ਹਾਂ ਹਾਏ ਬੰਨਾ ਕੀ ਚਾਹੁੰਦੇ ਹੋ ਡਾਕਟਰ ਡਾਕਟਰ ਬੰਨਾ ਚਾਹੁੰਦੇ ਕਿਹੜੀ ਵਾਲੀ ਸਕਿਨ ਸਪੈਸ਼ਲਿਸਟ ਸਕਿਨ ਸਪੈਸ਼ਲਿਸਟ ਹੀ ਕਿਉਂ ਜੀ ਕਿਉਂ ਸਕਿਨ ਸਪੈਸ਼ਲਿਸਟ ਕਿਉਂ ਬੰਨਾ ਚਾਹੁੰਦੇ ਵੈਸੇ ਵੈਸੇ ਹੀ ਅੱਛਾ ਉਧਰ ਤੁਸੀਂ ਦੇਖਣਾ ਅੱਛਾ ਮੈਨੂੰ ਇਹ ਦੱਸੋ ਕਿ ਕਿੰਨੇ ਸਾਲ ਲੱਗਣੇ ਡਾਕਟਰ ਬਣਨ ਚ 5-6 ਸਾਲ ਲੱਗ ਜਾਏਗਾ ਮੇਰਾ ਬੇੜਾ ਗਰਕ ਹੋ ਜਾਣਾ ਦੇਖਣਾ ਇੰਨਾ ਬੇੜਾ ਗਰਕ ਹੋਇਆ ਮੈਂ ਕਿਹਾ ਫ੍ਰੀ ਟ੍ਰੀਟਮੈਂਟ ਕਰਾ ਲਾਂਗੀ ਹਾਲੇ ਤੇ ਬਹੁਤ ਦੇਰ ਲੱਗਣੀ ਆ ਜਲਦੀ ਬਣ ਜਾ ਅਭੀ ਮੈਟ੍ਰਿਕ ਮੈਂ ਹੂੰ ਫੇਰ ਪੜ੍ਹਾਈ ਨਹੀਂ ਹੈਗੀ ਤੇ ਟਾਈਮ ਤਾਂ ਲੱਗਣਾ ਹੀ ਲੱਗਣਾ ਅਜੇ ਜਦੋਂ ਮੇਰਾ ਇੱਕ ਸਵਾਲ ਦੇਣਾ ਉਹਦਾ ਜਵਾਬ ਤੁਸੀਂ ਦੱਸਣਾ ਵਾ ਪਾਕਿਸਤਾਨ ਦਾ ਨੈਸ਼ਨਲ ਫਰੂਟ ਕੀਰਾ ਵਾ ਆਮ ਕਿਆ ਪਤਾ ਵਾ ਕੁੜੀਆਂ ਨੂੰ ਅੰਬ ਦਾ ਬਹੁਤ ਪਤਾ ਸਾਰੀਆਂ ਸਹੀ ਜਵਾਬ ਦੇ ਰਹੀਆਂ ਕਿੰਨੇ ਦੱਸਿਆ ਆਤਾ ਥਾ ਮੁਝੇ ਪਹਿਲੇ ਆਂਦਾ ਸੀ ਅੱਛਾ ਨਾਲ ਕੌਣ ਕੌਣ ਆਇਆ ਮਾਲ 'ਚ ਮੇਰੀ ਦੋਨੋਂ ਭਾਬੀਆਂ ਔਰ ਮੇਰੀ ਕਜ਼ਨ ਔਰ ਮੇਰੀ ਦੋਨੋਂ ਭਤੀਜੀਆਂ ਦੋਨਾਂ ਵਿੱਚ ਕਿਹਦੀ ਹੁਸ਼ਿਆਰ ਆ ਭਾਬੀ ਵੱਡੀ ਆ ਛੋਟੀ ਦੋਨੋਂ ਹੁਸ਼ਿਆਰ ਆ ਤਾਨੇ ਮਾਰਦੀਆਂ ਹੋਣੀਆਂ ਨਹੀਂ ਨਹੀਂ ਕੱਟਦੀਆਂ ਹੋਣੀਆਂ ਨਹੀਂ ਨਹੀਂ ਕਮਜ਼ੋਰ ਹੋਣੀਆਂ ਵੱਡੀ ਵਾਲੀ ਵੱਡੀ ਆ ਕਿਉਂ ਕੰਮ ਸ਼ਾਮ ਨਹੀਂ ਕਰਦੀ ਕੱਟਦੀ ਹੈ ਕੱਟ ਕਰਦੀ ਹੈ ਕਹਿੰਦੀ ਨੇ ਉਹ ਮੇਰਾ ਸਿਰ ਦੁੱਖ ਰਿਹਾ ਹੁਣ ਮੇਰੀ ਬਾਹ ਦੁੱਖ ਰਹੀ ਹੈ ਨਾ ਬਾਨੇ ਪੀੜ ਹੋ ਰਹੀ ਹੈ ਲੱਤਾਂ 'ਚ ਪੀੜ ਹੋ ਰਹੀ ਮੇਰੇ ਕੋਲ ਕੰਮ ਨਹੀਂ ਹੋਣਾ ਨਹੀਂ ਚੰਗੀ ਗੱਲ ਆ ਤੇ ਜ਼ਿਆਦਾਤਰ ਤੁਹਾਡੀ ਅੰਮੀ ਕੋਲੋਂ ਕਿਹਦੀ ਨੋਂ ਆ ਜਿਹੜੀ ਜ਼ਿਆਦਾ ਸੁਣਦੀ ਹੋਣੀ ਛੋਟੀ ਵਾਲੀ ਛੋਟੀ ਜ਼ਿਆਦਾ ਸੁਣਦੀ ਆ ਛੋਟੀ ਦੀ ਬਿਸਤੀ ਹੁੰਦੀ ਬਹੁਤੀ ਆਹੋ ਅੱਛਾ ਕੰਮ 'ਚ ਔਰ ਵੱਡੀ ਆ ਸੁਣਨੀ ਨਿੱਕੀ ਨੂੰ ਪੈਂਦੀ ਇਹ ਕਿਉਂ ਜ਼ਿਆਦਾ ਪਿਆਰ ਕਰਤੀ ਆ ਨਾ ਉਸ ਇਸ ਲਈ ਜ਼ਿਆਦਾ ਲਾਡਲੀ ਆ ਨਾ ਜਿਹੜਾ ਜ਼ਿਆਦਾ ਪਿਆਰਾ ਬੰਦਾ ਹੁੰਦਾ ਉਹਨੂੰ ਸੁਣੀਆਂ ਪੈਂਦੀ ਕੋਈ ਸ਼ੇਰ ਆਂਦਾ ਨਾ ਕਲਮਾ ਯਾਦ ਆਤਾ ਹੈ ਨਾ ਨਮਾਜ਼ ਪੜ੍ਹਤੇ ਹੈ ਇਕਬਾਲ ਨਾ ਕਲਮਾ ਯਾਦ ਆਤਾ ਹੈ ਨਾ ਨਮਾਜ਼ ਪੜ੍ਹਤੇ ਹੈ ਇਕਬਾਲ ਕਾਫਿਰ ਬਣਾ ਦਿਆ ਹੈ ਲੋਗੋ ਕੋ ਦੋ ਦਿਨ ਕੀ ਮੁਹੱਬਤ ਨੇ ਅਰੇ ਵਾਹ ਬਹੁਤ ਸ਼ੁਕਰੀਆ ਜੀ ਵਧੀਆ ਹੋ ਗਿਆ